रोना मेरी माँ रोना क्यों रो रहे हो बेटा सानू ऐ लगदा वी साडे घरे मौत हो गई हुंदी है सारे पंजाब नू ऐ लगदा मतलब माता दे हंजू देख लो माता दे कड़े कड़े हंजू डिग रहे ने माता दे कौन रोंदा यार किसे नू रोंदा ए तां नरदल पिंड दी आ आपदे नू भुल जांदे ने लोक रोए ना करो याद आउंदा भाई तेरा याद आउंदा दिन पर रात ही पुत याद आई जांदा माता कदे किवें पिंड च कहंदे बहुत मदद करदे सी सारेयां दी वी मदद करदा सी बाहर वी करदा सी कल्ला उरे नहीं सी करदा बाहर वी मदद वादू करदा सी अच्छा माता दोस्तों जदों भी बाई सिद्धू मूसेवाले की समाध ते जाने आ सिद्धू मूसेवाले दे टाली वाले खेत तां उत्थे बहुत सारे दुकानदार बैठे ने जेड़े सिर्फ ते सिर्फ सिद्धू करके इस समय रोटी खा रहे ने जां फिर ऐदां कह लिए कि उन्हां दी रोटी सिद्धू बाई इस दुनिया ते ना हुंदे हुए भी चला रहा है अते सारे ही दुकानदार सिद्धू दी तारीफ करदे हुए नहीं थकदे इह सारे बंदे जां तां मूसे पिंड दे ने जां फिर जेड़े आस पास पिंड ने जिवें गागोवाल हो गया जां फिर एक दो पिंड होर हो गए उन्हां दे ने इह सारे दे सारे जां तां पहला दिहाड़ी दप्पा करदे सी पर हुण सिद्धू दे जाण तों बाद इन्हां ने दुकानां ला लईआं ने सिद्धू दे खेत विच कई वार बाहरले देशां तों लोक आउंदे ने बाहरले देशां तों जिहड़े लोक आउंदे ने इन्हां तों समान वगैरा लै जांदे ने अते इह दुकानदारां दी चंगी दिहाड़ी बण जांदी है कहण तों भाव कि रोटी फुलका इन्हां दा सही चल रिहा है अते इक माता जी वी इत्थे मिले माता जी वी इत्थे दुकान ला के बैठे सी पर उह ਜਦੋਂ ਸਿੱਧੂ ਬਾਈ ਦਾ ਜ਼ਿਕਰ ਕਰਿਆ ਅਸੀਂ ਨੇ ਤਾਂ ਸਿੱਧੂ ਬਾਈ ਦੇ ਜ਼ਿਕਰ ਤੋਂ ਬਾਅਦ ਮਾਤਾ ਰੋਣ ਲੱਗ ਗਈ ਕਿਉਂਕਿ ਮਾਤਾ ਜੀ ਦਾ ਕਹਿਣਾ ਸੀ ਕਿ ਸਿੱਧੂ ਵਰਗਾ ਕੋਈ ਨਹੀਂ ਬਣ ਸਕਦਾ ਅਸੀਂ ਸਿੱਧੂ ਨੂੰ ਕਦੇ ਨਹੀਂ ਭੁੱਲ ਸਕਦੇ ਤਾਂ ਦੋਸਤੋ ਆਓ ਸੁਣਾ ਦਿੰਦੇ ਹਾਂ ਕਿ ਆਖਰ ਮਾਤਾ ਜੀ ਨਾਲ ਕੀ ਗੱਲਬਾਤ ਹੋਈ ਤੁਸੀਂ ਵੀ ਭਾਵੁਕ ਹੋ ਜਾਓਗੇ ਮਾਤਾ ਦੀ ਗੱਲਬਾਤ ਸੁਣ ਕੇ ਰੋਣਾ ਮੇਰੀ ਮਾਂ ਰੋਣਾ ਕਿਉਂ ਰੋ ਰਹੇ ਹੋ ਬੇਟਾ ਸਾਨੂੰ ਐਂ ਲੱਗਦਾ ਵੀ ਸਾਡੇ ਘਰੇ ਮੌਤ ਹੋ ਗਈ ਹੁੰਦੀ ਹੈ ਸਾਰੇ ਪੰਜਾਬ ਨੂੰ ਐਂ ਲੱਗਦਾ ਮਤਲਬ ਮਾਤਾ ਦੇ ਹੰਝੂ ਦੇਖ ਲਓ ਮਾਤਾ ਦੇ ਕਿਹੜੇ ਕਿਹੜੇ ਹੰਝੂ ਡਿੱਗ ਰਹੇ ਨੇ ਮਾਤਾ ਦੇ ਕੌਣ ਰੋਂਦਾ ਯਾਰ ਕਿਸੇ ਨੂੰ ਰੋਂਦਾ ਇਹ ਤਾਂ ਨਰਦਲ ਪਿੰਡ ਦੀ ਆ ਆਪਦਿਆਂ ਨੂੰ ਭੁੱਲ ਜਾਂਦੇ ਨੇ ਲੋਕ ਰੋਏ ਨਾ ਕਰੋ ਯਾਦ ਆਉਂਦਾ ਬਾਈ ਤੇਰਾ ਯਾਦ ਆਉਂਦਾ ਦਿਨ ਪਰ ਰਾਤ ਹੀ ਪੁੱਤ ਯਾਦ ਆਈ ਜਾਂਦਾ ਮਾਤਾ ਕਦੇ ਕਿਵੇਂ ਪਿੰਡ 'ਚ ਕਹਿੰਦੇ ਬਹੁਤ ਮਦਦ ਕਰਦੇ ਸੀ ਸਾਰਿਆਂ ਦੀ ਵੀ ਮਦਦ ਕਰਦਾ ਸੀ ਬਾਹਰ ਵੀ ਕਰਦਾ ਸੀ ਇਕੱਲਾ ਉਰੇ ਨਹੀਂ ਸੀ ਕਰਦਾ ਬਾਹਰ ਵੀ ਮਦਦ ਵਾਧੂ ਕਰਦਾ ਸੀ ਅੱਛਾ ਮਾਤਾ ਇਕੱਲਾ ਉਰੇ ਨਹੀਂ ਸੀ ਕਰਦਾ ਵੀ ਸਾਨੂੰ ਸਾਰੇ ਪੰਜਾਬ ਨੂੰ ਬਹੁਤ ਧੱਕਾ ਲੱਗ ਗਿਆ ਬਹੁਤ ਧੱਕਾ ਲੱਗ ਗਿਆ ਬੜਾ ਧੱਕਾ ਲੱਗ ਗਿਆ ਗਏ ਜਾ ਕੇ ਉਹਨਾਂ ਨੂੰ ਕਰੇ ਬਟ ਅਸੀਂ ਰੋਜ਼ ਹੀ ਜਾਂਦੇ ਹਾਂ ਹੁਣ ਵੀ ਜਾ ਕੇ ਆਏ ਹਾਂ ਪਤਾ ਲੈ ਕੇ ਆਉਂਦੇ ਹਾਂ ਸਾਡੇ ਆਪ ਦੇ ਪੰਜਾਬ ਦੇ ਰਹਿਣ ਕਿਵੇਂ ਆ ਪਰਿਵਾਰ ਕਿਵੇਂ ਮਾਤਾ ਬਟਾ ਬੜਾ ਬੜਾ ਹੋ ਰਿਹਾ ਕਿਹੜਾ ਠੀਕ ਹੈ ਬੇਟਾ ਕੁਛ ਠੀਕ ਨਹੀਂ ਜਵਾਨ ਪੁੱਤ ਵਗੇ ਠੀਕ ਕਿਥੇ ਜਵਾਨ ਪੁੱਤ ਚਲੇ ਜਾਵੇ ਬੇਟਾ ਮਾਪਿਆਂ ਦੀ ਕੋਈ ਜੀਵਤੀ ਨਹੀਂ ਪੁੱਤ ਤਾਂ ਰਾਤ ਦਾ ਜੰਮਿਆ ਨਹੀਂ ਮਾਨ ਉਹ ਤਾਂ ਹੀਰਾ ਸੀਗਾ ਤੂੰ ਮਾਤਾ ਉਹ ਇੱਕ ਟੀ-ਸ਼ਰਟਾਂ ਵੇਚ ਰਹੀ ਆ ਬੇਬੇ ਹਾਂ ਬੇਟਾ ਕਿਵੇਂ ਰੋਟੀ ਪਾਣੀ ਚੱਲੀ ਜਾਂਦਾ ਫਿਰ ਤਾਂ ਬਣੀ ਜਾਂਦਾ ਜਿਹੜਾ ਟਾਈਮ ਨਿਕਲਦਾ ਬਸ ਵਾਰੀ ਆ ਪਹਿਲਾਂ ਕੀ ਵੇਚਦੇ ਸੀ ਪਹਿਲਾਂ ਜਾਂ ਬਸ ਹੁਣ ਹੀ ਕਰਿਆ ਕੁਛ ਨਹੀਂ ਵੇਚਦੇ ਸੀ ਬੇਟਾ ਹੁਣ ਹੀ ਲਾਇਆ ਕਿਸੇ ਨੇ ਕਿਹਾ ਉਹ ਵਿਚਾਰ ਰੋਟੀ ਪਾਣੀ ਚੱਲੀ ਜਾਊਗਾ ਨਾਲ ਵੇਚ ਲੇਗਾ ਠੀਕ ਆ ਮਾਤਾ ਕੋਈ ਨਾ ਮਾਤਾ ਤਕੜੀ ਰਿਹਾ ਕਰ ਕੋਈ ਨਹੀਂ ਮਾਤਾ ਬੈਠੀਆ ਭਾਈ ਆਉਂ ਤਾਂ ਮਾਤਾ ਤੋਂ ਟੀ ਸ਼ਰਟ ਵਗੈਰਾ ਜ਼ਰੂਰ ਲੈ ਕੇ ਜਾਇਓ ਮਾਤਾ ਭਾਵਕ ਹੋ ਗਈ ਸੀ ਰੋਣ ਲੱਗ ਗਈ ਸੀ ਵਿਚਾਰੀ ਬੈਠੀ ਕਿਵੇਂ ਬਾਈ ਦੀਆਂ ਟੀ ਸ਼ਰਟਾਂ ਰੱਖੀਆਂ ਹੋਈਆਂ ਨੇ ਮਾਤਾ ਨੇ ਅਤੇ ਹੋਰ ਵੀ ਦੇਖ ਰਹੇ ਹੋ ਕਿ ਕਾਫੀ ਸਾਰੀਆਂ ਦੁਕਾਨਾਂ ਨੇ ਕਿਵੇਂ ਬਾਬਾ ਹੁਣ रेट पुछदा करो मैं बाई ने कहा थी भी 200 तो जायज है मैं कहना 150 छोटी दा 100 वड्डी दा 150 है जी ते बाई ने ते धुम मचार के दुनिया ते 10,000 बंदा आउंदा डेली ਤੇ 3 ਲੱਖ ਮਹੀਨੇ ਦਾ ਬੰਦਾ ਆਉਂਦਾ 3 ਲੱਖ ਮਹੀਨੇ ਦਾ ਘੱਟੋ ਘੱਟ ਹੈ ਨਾ 3 ਲੱਖ ਘੱਟੋ ਘੱਟ 3 ਲੱਖ ਮਹੀਨੇ ਦਾ ਆਉਂਦਾ ਬੰਦਾ ਇਹ ਆਲ ਵਰਲਡ 'ਚ ਜਿੰਨੇ ਵੀ ਦੇਸ਼ ਨੇ ਆਲ ਵਰਲਡ 'ਚ ਮਸ਼ਹੂਰ ਹੈ ਜਰਮਨ ਤੋਂ ਇੰਗਲੈਂਡ ਤੋਂ ਕੱਲ੍ਹ ਮੈਨੂੰ ਇੱਕ ਬੰਦਾ 2,000 ਰੁਪਇਆ ਦੇ ਕੇ ਗਿਆ ਕੈਨੇਡਾ ਤੋਂ ਆਇਆ ਹੋਇਆ ਕੀ ਕਹਿੰਦਾ ਉਹ ਕਹਿੰਦਾ ਬਾਬਾ ਤੂੰ ਬੁੜਾ ਆਦਮੀ ਹੈ ਮੈਂ ਨਾਲੇ ਦੁਕਾਨ ਨਹੀਂ ਲਾਈ ਸੀ ਮੈਂ ਆਖਿਆ ਵੀਰੇ ਕਿੰਨੇ ਦਾ ਇਹ ਆ ਤੁਹਾਡਾ ਕਹਿੰਦਾ 60 ਰੁਪਈਆਂ ਦਾ ਲੱਗਦਾ ਬਾਬਾ ਡਾਲਰ ਮੈਂ ਆਖਿਆ $2 ਮੈਨੂੰ ਦੇ ਦੇ 120 ਰੁਪਈਏ ਲੈ ਲੈ ਮੈਥੋਂ ਆ ਰੱਖਣ ਨੂੰ ਮੈਂ ਤਾਂ ਨਿਸ਼ਾਨ ਰੱਖਣਾ ਹੈ ਕਹਿੰਦਾ ਬਾਬਾ ਤੂੰ 4 ਲੈ ਉਹਦੇ ਘਰ ਵਾਲੀ ਕਹਿੰਦੀ 4 ਦੇ ਬਾਬੇ ਨੂੰ ਬੁੜੇ ਨੂੰ 4 ਦੇ $4 ਦੇ ਕੇ ਗਿਆ ਮੈਨੂੰ ਮੈਂ ਆਖਿਆ ਪੈਸੇ ਲੈ ਲੈ ਪੁੱਤਰ ਇਹਦੇ ਮੈਂ ਕੀ ਕਰਨਾ ਬੁੜੇ ਨੇ ਕੀ ਜੋੜਨੇ ਆ ਪੈਸੇ ਕਹਿੰਦਾ ਨਾ ਨਾ ਉਹਦੇ ਘਰ ਵਾਲੀ ਕਹਿੰਦੀ ਪੈਸੇ ਨਾ ਨਹੀਂ ਬੁੜੇ ਤੂੰ ਪੈਸੇ ਵੀ ਨਹੀਂ ਲਏ ਮੈਥੋਂ $4 ਮੈਨੂੰ ਫ੍ਰੀ ਦੇ ਕੇ ਗਿਆ ਕੈਨੇਡਾ ਦੇ ਬਾਈ ਦੀ ਸਮਾਧ ਤੇ ਅਣਗਿਣਤ ਬੰਦੇ ਆਉਂਦੇ ਨੇ
ਜਿਨ੍ਹਾਂ ਦੀ ਗਿਣਤੀ ਅਸੀਂ ਕਰ ਨਹੀਂ ਸਕਦੇ ਕਿਉਂ ਅਸੀਂ ਆਪਦੇ ਸਮਾਨ ਚ ਰੁੱਝੇ ਹੋਏ ਆ ਬਾਈ ਰੋਜੀ ਦੇ ਗਿਆ ਸਾਨੂੰ ਇਹ ਤਾਂ ਦੁਨੀਆਂ ਤੇ ਨਾਂ ਚੱਲਦਾ ਆਲ ਵਰਲਡ ਚ ਛੋਟੀ ਮੋਟੀ ਗੱਲ ਨਹੀਂ ਜਿੰਨੇ ਸਾਰੇ ਦੇਸ਼ ਨੇ ਸਾਰੇ ਦੇਸ਼ਾਂ ਚ ਨਾਂ ਚੱਲਦਾ ਇਹਦਾ ਇੱਕ ਮੈਂ ਹੋਰ ਦੇਖੀ ਉਰੇ ਕਹਿੰਦੇ ਲੋਕ ਬੈਠੇ ਨੇ ਕੋਈ ਐ ਨਹੀਂ ਕਹਿੰਦਾ ਮੇਰਾ ਕੰਮ ਚੱਲਦਾ ਨਹੀਂ ਸਾਰੇ ਖੁਸ਼ ਨੇ ਸਾਰੇ ਕਹਿੰਦੇ ਸਾਡਾ ਕੰਮ ਸਾਰੇ ਬਾਗੋ ਵਾਗ ਖੁਸ਼ ਹੈ ਅਸੀਂ ਸਾਰਿਆਂ ਦਾ ਚੱਲਦਾ ਇਹੋ ਜਿਹਾ ਕੋਈ ਬੰਦਾ ਨਹੀਂ ਜਿਹਦਾ ਨਾਂ ਚੱਲਦਾ ਹੋਵੇ ਕੋਈ ਕੁਛ ਵੀ ਵੇਚਦਾ ਬਾਈ ਦੀ ਹਰ ਇੱਕ ਚੀਜ਼ ਜਿਹਦੀ ਬਾਈ ਦੀ ਫੋਟੋ ਲੱਗੀ ਹੈ ਹਰ ਇੱਕ ਚੀਜ਼ ਬਾਲੇ ਬੰਦੇ ਤਾਂ ਸਾਨੂੰ ਐਂ ਕਹਿੰਦੇ ਨੇ ਜੇ ਅਸੀਂ 100 ਮੰਗ ਲਈਏ ਕਹਿੰਦੇ ਨੇ 200 ਲੈ ਲੈ ਚਾਹੇ ਯਾਰ ਇਹਦੀ ਕੀਮਤ ਹੀ ਨਹੀਂ ਬੰਦੇ ਦੀ ਬਾਲੇ ਸਾਨੂੰ ਐਂ ਕਹਿੰਦੇ ਨੇ ਇਹਦੀ ਕੀਮਤ ਹੀ ਨਹੀਂ ਹੈਗੀ ਇਹੋ ਜਿਹੇ ਲੋਕ ਵੀ ਆਉਂਦੇ ਨੇ ਸਾਡੇ ਕੋਲ ਐਂ ਐਂ ਪੁੱਤਰ ਤਾਂ ਐਂ ਮੈਨੂੰ ਮਸ਼ਹੂਰ ਕਰਿਆ ਬੁੜੇ ਨੂੰ ਤੇ ਨਾਲ ਤੇਰਾ ਚੈਨਲ ਮੈਂ ਹਰੇਕ ਨੂੰ ਕਹਿੰਦਾ ਮੇਰੀ ਜੱਟ ਚੈਨਲ ਤੇ ਕੱਢ ਕੇ ਦੇਖੋ ਮੈਂ ਕਹਿੰਦਾ ਗੱਲਾਂ ਜੱਟ ਚੈਨਲ ਹੀ ਹੈ ਜੱਟ ਬਾਬੇ ਜੱਟ ਬਾਬੇ ਕਹਿੰਦਾ ਕਰੂੰਗਾ ਹੁਣ ਮੈਂ ਜੱਟ ਹੀ ਕਹਿੰਦਾ ਮੈਂ ਕਿਹਾ ਜੱਟ ਚੈਨਲ ਤੇ ਕੱਢ ਕੇ ਦੇਖ ਲਓ ਹੁਣ ਮੈਂ ਕਹਾਂ ਕਹਿੰਦਾ ਕਰੂੰ ਵੀ ਜੱਟ ਬਾਬੇ ਚੈਨਲ ਤੇ ਕੱਢ ਕੇ ਦੇਖੋ ਠੀਕ ਹੈ ਕਿ ਨਹੀਂ ਮੈਂ ਪਹਿਲਾਂ ਜੱਟ ਕਹਿੰਦਾ ਇਕੱਲਾ ਮੈਂ ਝੂਠ ਨਹੀਂ ਮਾਰਦਾ ਜੱਟ ਕਹਿੰਦਾ ਵੀ ਸਮਝ ਆਉਂਦੇ ਨੇ ਨਾ ਸਮਝ ਆਉਂਦੇ ਨੇ ਪਰ ਮੈਂ ਹੁਣ ਜੱਟ ਬਾਬੇ ਕਹਿੰਦਾ ਕਰੂੰ ਠੀਕ ਚੱਲਦਾ ਕੰਮ ਕਹਿੰਦਾ ਹਾਂ ਵਧੀਆ ਇੱਕ ਨੰਬਰ ਚੱਲਦਾ ਪੁੱਤਰ ਇੱਕ ਨੰਬਰ ਜਮਾ ਬਾਗੋ ਬਾਗ ਤਾਂ ਦੋਸਤੋ ਤੁਸੀਂ ਨੇ ਮਾਤਾ ਨਾਲ ਹੋਈ ਗੱਲਬਾਤ ਸੁਣੀ ਅਤੇ ਨਾਲ ਹੀ ਇੱਕ ਹੋਰ ਬਜ਼ੁਰਗ ਬਾਪੂ ਹੈ ਜਦੋਂ ਤੁਸੀਂ ਬਾਈ ਸਿੱਧੂ ਦੀ ਸਮਾਧ ਤੇ ਜਾਓਗੇ ਇਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਇਹ ਵੀ ਟੀ ਸ਼ਰਟਾਂ ਹੋ ਗਈਆਂ ਜਾਂ ਫਿਰ ਹੋਰ ਸਮਾਨ ਵੇਚਦੇ ਨੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਉੱਪਰ ਲੱਗੀਆਂ ਹੋਈਆਂ ਉਹ ਸਮਾਨ ਇਹ ਵੇਚਦੇ ਨੇ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੋਕ ਆਉਂਦੇ ਨੇ ਉਹ ਇਹਨਾਂ ਕੋਲੋਂ ਸਮਾਨ ਲੈ ਜਾਂਦੇ ਨੇ ਤੁਸੀਂ ਵੀ ਜਦੋਂ ਕਿਤੇ ਬਾਈ ਦੀ ਸਮਾਧ 'ਤੇ ਜਾਓ ਤਾਂ ਇਹਨਾਂ ਦੁਕਾਨਦਾਰਾਂ ਤੋਂ ਕੁਝ ਨਾ ਕੁਝ ਜ਼ਰੂਰ ਲੈ ਲਿਆ ਕਰੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਿੱਧੂ ਬਾਈ ਚਾਹੇ ਇਸ ਦੁਨੀਆਂ 'ਚ ਨਹੀਂ ਪਰ ਫਿਰ ਵੀ ਇਹਨਾਂ ਗਰੀਬ ਲੋਕਾਂ ਦੀ ਦਾਲ ਰੋਟੀ ਚਲਾ ਰਿਹਾ ਹੈ ਤਾਂ ਦੋਸਤੋ ਅਗਰ ਜੱਟ ਬਾਬੇ ਟੈਲੀਵਿਜ਼ਨ ਦੇ ਉੱਪਰ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਤੁਸੀਂ ਇਹ ਵੀਡੀਓ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਨੂੰ ਫੋਲੋ ਜ਼ਰੂਰ ਕਰ ਲਿਓ ਨਾਲ ਹੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਧੰਨਵਾਦ ਰੱਬ ਰੱਖਾ।